एक शिव सेना आगू दे घर दे उत्ते पेट्रोल बंब दे नाल हमला होया जिस दे कारण इलाके दे विच दहशत दा माहौल बन गया। तां वड्डी खबर तुहानू दस रहे हां, शिव सेना आगू दे घर दे उत्ते जानलेवा हमला होया पेट्रोल बंब दे नाल ਇਹ ਅਟੈਕ ਕੀਤਾ ਗਿਆ। ਤਾਂ ਦੱਸ ਦਈਏ ਕਿ ਸੀਸੀਟੀਵੀ ਦੇ ਵਿੱਚ ਦੋਵੇਂ ਹਮਲਾਵਰ ਕੈਦ ਹੋ ਗਏ ਨੇ। ਬਾਈਕ ਦੇ ਉੱਤੇ ਆਏ ਇਹਨਾਂ ਹਮਲਾਵਰਾਂ ਦੇ ਵੱਲੋਂ ਅੱਗ ਲਾ ਕੇ ਪੈਟਰੋਲ ਬੰਬ ਨੂੰ ਸੁੱਟਿਆ ਗਿਆ ਤੇ ਜਿਵੇਂ ਹੀ ਸੁੱਟਿਆ ਤਾਂ ਉਸ ਘਰ ਦੇ ਉੱਤੇ ਦੱਸਿਆ ਜਾ ਰਿਹਾ ਕਿ ਜ਼ਬਰਦਸਤ ਬਲਾਸਟ ਹੋ ਜਾਂਦਾ ਤੇ ਬਾਹਰ ਵੀ ਗੇਟ ਦੇ ਉੱਤੇ ਅੱਗ ਲੱਗ ਜਾਂਦੀ ਹੈ। ਗਨੀਮਤ ਰਹੀ ਹੈ ਕਿ ਕਿਸੇ ਦੇ ਵੀ ਜਾਨੀ ਨੁਕਸਾਨ ਦੀ ਖਬਰ ਸਾਹਮਣੇ ਨਹੀਂ ਆਈ ਹੈ। ਤਾਂ ਵੱਡੀ ਖਬਰ ਲੁਧਿਆਣਾ ਤੋਂ, ਲੁਧਿਆਣਾ ਦੇ ਵਿੱਚ ਸ਼ਿਵ ਸੈਨਾ ਆਗੂ ਦੇ ਘਰ ਤੇ ਹਮਲਾ ਹੋਇਆ। ਸ਼ਿਵ ਸੈਨਾ ਆਗੂ ਯੋਗੇਸ਼ ਬਖਸ਼ੀ ਦੇ ਘਰ ਦੇ ਉੱਤੇ ਪੈਟਰੋਲ ਬੰਬ ਦੇ ਨਾਲ ਅਟੈਕ ਕੀਤਾ ਗਿਆ। ਬਾਈਕ ਸਵਾਰ ਦੋ ਬਦਮਾਸ਼ ਪੈਟਰੋਲ ਬੰਬ ਸੁੱਟ ਕੇ ਫਰਾਰ ਹੋ ਗਏ ਨੇ। ਸੀਸੀਟੀਵੀ ਦੇ ਵਿੱਚ ਕੈਦ ਇਹਨਾਂ ਦੀਆਂ ਤਸਵੀਰਾਂ ਹੋਈਆਂ ਨੇ। ਸ਼ਿਵ ਸੈਨਾ ਭਾਰਤ ਵੰਸ਼ੀ ਦੇ ਪ੍ਰਧਾਨ ਨੇ ਯੋਗੇਸ਼ ਬਖਸ਼ੀ। ਯੋਗੇਸ਼ ਬਖਸ਼ੀ ਨੂੰ ਪਹਿਲਾਂ ਵੀ ਕਈ ਵਾਰ ਜਾਨੋਂ ਮਾਰਨ ਦੀਆਂ ਧਮਕੀਆਂ ਮਿਲ ਚੁੱਕੀਆਂ ਨੇ, ਪਰ ਹੁਣ ਇਹ ਜੋ ਅਟੈਕ ਹੋਇਆ ਇਹ ਕਿਤੇ ਨਾ ਕਿਤੇ ਆਪਣੇ ਆਪ ਦੇ ਵਿੱਚ ਵੱਡੇ ਸਵਾਲ ਖੜੇ ਕਰਦਾ। ਤਾਂ ਤਸਵੀਰਾਂ ਦੇ ਵਿੱਚ ਸਾਫ਼ ਦੇਖਿਆ ਜਾ ਸਕਦਾ ਹੈ ਕਿ ਬਾਈਕ ਦੇ ਉੱਤੇ ਦੋ ਹਮਲਾਵਰ ਆਉਂਦੇ ਨੇ, ਜੋ ਪਿੱਛੇ ਬੈਠਾ ਹੁੰਦਾ ਹੈ ਉਸਦੇ ਵੱਲੋਂ ਪੈਟਰੋਲ ਬੰਬ ਉਸਦੇ ਹੱਥ ਦੇ ਵਿੱਚ ਹੁੰਦਾ ਹੈ ਅਤੇ ਤੁਰੰਤ ਅੱਗ ਲਾ ਕੇ ਜਿਵੇਂ ਹੀ ਉਹਨਾਂ ਦੇ ਘਰ ਦੇ ਉੱਤੇ ਸੁੱਟਦਾ ਹੈ ਤਾਂ ਇੱਕ ਜ਼ਬਰਦਸਤ ਬਲਾਸਟ ਹੁੰਦਾ ਹੈ। ਅੱਗ ਜੋ ਹੈ ਫੈਲ ਜਾਂਦੀ ਹੈ ਜਿਸ ਦੇ ਕਾਰਨ ਗੇਟ ਦੇ ਉੱਤੇ ਅੱਗ ਲੱਗ ਜਾਂਦੀ ਹੈ। ਹਾਲਾਂਕਿ ਇੰਨਾ ਜ਼ੋਰਦਾਰ ਇਹ ਧਮਾਕਾ ਦੱਸਿਆ ਜਾ ਰਿਹਾ ਕਿ ਜੋ ਗਲੀ ਦੇ ਲੋਕ ਸੀ ਉਹ ਬਾਹਰ ਆ ਜਾਂਦੇ ਨੇ ਅਤੇ ਆ ਕੇ ਦੇਖਦੇ ਨੇ ਗੇਟ 'ਤੇ ਅੱਗ ਲੱਗੀ ਹੁੰਦੀ ਹੈ। ਫਟਾਫਟ ਇਸ ਅੱਗ ਨੂੰ ਬੁਝਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਅਤੇ ਨਾਲ ਦੀ ਨਾਲ ਹੀ ਇਸ ਦੀ ਸੂਚਨਾ ਪੁਲਿਸ ਨੂੰ ਦਿੱਤੀ ਜਾਂਦੀ ਹੈ। ਪੁਲਿਸ ਜਦੋਂ ਮੌਕੇ ਦੇ ਉੱਤੇ ਪਹੁੰਚਦੀ ਹੈ, ਸੀਸੀਟੀਵੀ ਚੈੱਕ ਕੀਤੇ ਜਾਂਦੇ ਨੇ ਤਾਂ ਉਸਦੇ ਵਿੱਚ ਇਹ ਘਟਨਾ ਦਾ ਖੁਲਾਸਾ ਹੋਇਆ। ਤਾਂ ਪੁਲਿਸ ਦੇ ਵੱਲੋਂ ਵੀ ਹੁਣ ਇਸ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਉੱਥੇ ਤੁਹਾਨੂੰ ਦੱਸ ਦਈਏ ਕਿ ਯੋਗੇਸ਼ ਬਖਸ਼ੀ ਨੂੰ ਪਹਿਲਾਂ ਵੀ ਕਈ ਵਾਰ ਜਾਨੋਂ ਮਾਰਨ ਦੀਆਂ ਧਮਕੀਆਂ ਮਿਲ ਚੁੱਕੀਆਂ ਨੇ। ਤਾਂ ਸ਼ਿਵ ਸੈਨਾ ਆਗੂ ਨੇ ਯੋਗੇਸ਼ ਬਖਸ਼ੀ ਉਹਨਾਂ ਦੇ ਘਰ ਦੇ ਉੱਤੇ ਪੈਟਰੋਲ ਬੰਬ ਦੇ ਨਾਲ ਹਮਲਾ ਕੀਤਾ ਗਿਆ। ਇੱਕ ਸ਼ਿਵ ਸੈਨਾ ਆਗੂ ਦੇ ਘਰ ਦੇ ਉੱਤੇ ਪੈਟਰੋਲ ਬੰਬ ਦੇ ਨਾਲ ਹਮਲਾ ਹੋਇਆ ਜਿਸ ਦੇ ਕਾਰਨ ਇਲਾਕੇ ਦੇ ਵਿੱਚ ਦਹਿਸ਼ਤ ਦਾ ਮਾਹੌਲ ਬਣ ਗਿਆ। ਤਾਂ ਵੱਡੀ ਖਬਰ ਤੁਹਾਨੂੰ ਦੱਸ ਰਹੇ ਹਾਂ, ਸ਼ਿਵ ਸੈਨਾ ਆਗੂ ਦੇ ਘਰ ਦੇ ਉੱਤੇ ਜਾਨਲੇਵਾ ਹਮਲਾ ਹੋਇਆ ਪੈਟਰੋਲ ਬੰਬ ਦੇ ਨਾਲ ਇਹ ਅਟੈਕ ਕੀਤਾ ਗਿਆ। ਤਾਂ ਦੱਸ ਦਈਏ ਕਿ ਸੀਸੀਟੀਵੀ ਦੇ ਵਿੱਚ ਦੋਵੇਂ ਹਮਲਾਵਰ ਕੈਦ ਹੋ ਗਏ ਨੇ। ਬਾਈਕ ਦੇ ਉੱਤੇ ਆਏ ਇਹਨਾਂ ਹਮਲਾਵਰਾਂ ਦੇ ਵੱਲੋਂ ਅੱਗ ਲਾ ਕੇ ਪੈਟਰੋਲ ਬੰਬ ਨੂੰ ਸੁੱਟਿਆ ਗਿਆ ਤੇ ਜਿਵੇਂ ਹੀ ਸੁੱਟਿਆ ਤਾਂ ਉਸ ਘਰ ਦੇ ਉੱਤੇ ਦੱਸਿਆ ਜਾ ਰਿਹਾ ਕਿ ਜ਼ਬਰਦਸਤ ਬਲਾਸਟ ਹੋ ਜਾਂਦਾ ਤੇ ਬਾਹਰ ਵੀ ਗੇਟ ਦੇ ਉੱਤੇ ਅੱਗ ਲੱਗ ਜਾਂਦੀ ਹੈ। ਗਨੀਮਤ ਰਹੀ ਹੈ ਕਿ ਕਿਸੇ ਦੇ ਵੀ ਜਾਨੀ ਨੁਕਸਾਨ ਦੀ ਖਬਰ ਸਾਹਮਣੇ ਨਹੀਂ ਆਈ ਹੈ। ਤਾਂ ਵੱਡੀ ਖਬਰ ਲੁਧਿਆਣਾ ਤੋਂ, ਲੁਧਿਆਣਾ ਦੇ ਵਿੱਚ ਸ਼ਿਵ ਸੈਨਾ ਆਗੂ ਦੇ ਘਰ ਤੇ ਹਮਲਾ ਹੋਇਆ। ਸ਼ਿਵ ਸੈਨਾ ਆਗੂ ਯੋਗੇਸ਼ ਬਖਸ਼ੀ ਦੇ ਘਰ ਦੇ ਉੱਤੇ ਪੈਟਰੋਲ ਬੰਬ ਦੇ ਨਾਲ ਅਟੈਕ ਕੀਤਾ ਗਿਆ। ਬਾਈਕ ਸਵਾਰ ਦੋ ਬਦਮਾਸ਼ ਪੈਟਰੋਲ ਬੰਬ ਸੁੱਟ ਕੇ ਫਰਾਰ ਹੋ ਗਏ ਨੇ। ਸੀਸੀਟੀਵੀ ਦੇ ਵਿੱਚ ਕੈਦ ਇਹਨਾਂ ਦੀਆਂ ਤਸਵੀਰਾਂ ਹੋਈਆਂ ਨੇ। ਸ਼ਿਵ ਸੈਨਾ ਭਾਰਤ ਵੰਸ਼ੀ ਦੇ ਪ੍ਰਧਾਨ ਨੇ ਯੋਗੇਸ਼ ਬਖਸ਼ੀ। ਯੋਗੇਸ਼ ਬਖਸ਼ੀ ਨੂੰ ਪਹਿਲਾਂ ਵੀ ਕਈ ਵਾਰ ਜਾਨੋਂ ਮਾਰਨ ਦੀਆਂ ਧਮਕੀਆਂ ਮਿਲ ਚੁੱਕੀਆਂ ਨੇ, ਪਰ ਹੁਣ ਇਹ ਜੋ ਅਟੈਕ ਹੋਇਆ ਇਹ ਕਿਤੇ ਨਾ ਕਿਤੇ ਆਪਣੇ ਆਪ ਦੇ ਵਿੱਚ ਵੱਡੇ ਸਵਾਲ ਖੜੇ ਕਰਦਾ। ਤਾਂ ਤਸਵੀਰਾਂ ਦੇ ਵਿੱਚ ਸਾਫ਼ ਦੇਖਿਆ ਜਾ ਸਕਦਾ ਹੈ ਕਿ ਬਾਈਕ ਦੇ ਉੱਤੇ ਦੋ ਹਮਲਾਵਰ ਆਉਂਦੇ ਨੇ, ਜੋ ਪਿੱਛੇ ਬੈਠਾ ਹੁੰਦਾ ਹੈ ਉਸਦੇ ਵੱਲੋਂ ਪੈਟਰੋਲ ਬੰਬ ਉਸਦੇ ਹੱਥ ਦੇ ਵਿੱਚ ਹੁੰਦਾ ਤੇ ਤੁਰੰਤ ਅੱਗ ਲਾ ਕੇ ਜਿਵੇਂ ਹੀ ਉਹਨਾਂ ਦੇ ਘਰ ਦੇ ਉੱਤੇ ਸੁੱਟਦਾ ਤਾਂ ਇੱਕ ਜ਼ਬਰਦਸਤ ਬਲਾਸਟ ਹੁੰਦਾ। ਅੱਗ ਜੋ ਹੈ ਫੈਲ ਜਾਂਦੀ ਹੈ ਜਿਸ ਦੇ ਕਾਰਨ ਗੇਟ ਦੇ ਉੱਤੇ ਅੱਗ ਲੱਗ ਜਾਂਦੀ ਹੈ। ਹਾਲਾਂਕਿ ਇੰਨਾ ਜ਼ੋਰਦਾਰ ਇਹ ਧਮਾਕਾ ਦੱਸਿਆ ਜਾ ਰਿਹਾ ਕਿ ਜੋ ਗਲੀ ਦੇ ਲੋਕ ਸੀ ਉਹ ਬਾਹਰ ਆ ਜਾਂਦੇ ਨੇ ਅਤੇ ਆ ਕੇ ਦੇਖਦੇ ਨੇ ਗੇਟ 'ਤੇ ਅੱਗ ਲੱਗੀ ਹੁੰਦੀ ਹੈ। ਫਟਾਫਟ ਇਸ ਅੱਗ ਨੂੰ ਬੁਝਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਅਤੇ ਨਾਲ ਦੀ ਨਾਲ ਹੀ ਇਸ ਦੀ ਸੂਚਨਾ ਪੁਲਿਸ ਨੂੰ ਦਿੱਤੀ ਜਾਂਦੀ ਹੈ। ਪੁਲਿਸ ਜਦੋਂ ਮੌਕੇ ਦੇ ਉੱਤੇ ਪਹੁੰਚਦੀ ਹੈ, ਸੀਸੀਟੀਵੀ ਚੈੱਕ ਕੀਤੇ ਜਾਂਦੇ ਨੇ ਤਾਂ ਉਸਦੇ ਵਿੱਚ ਇਹ ਘਟਨਾ ਦਾ ਖੁਲਾਸਾ ਹੋਇਆ। ਤਾਂ ਪੁਲਿਸ ਦੇ ਵੱਲੋਂ ਵੀ ਹੁਣ ਇਸ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਉੱਥੇ ਹੀ ਤੁਹਾਨੂੰ ਦੱਸ ਦਈਏ ਕਿ ਯੋਗੇਸ਼ ਬਖਸ਼ੀ ਨੂੰ ਪਹਿਲਾਂ ਵੀ ਕਈ ਵਾਰ ਜਾਨੋਂ ਮਾਰਨ ਦੀਆਂ ਧਮਕੀਆਂ ਮਿਲ ਚੁੱਕੀਆਂ ਨੇ। ਤਾਂ ਸ਼ਿਵ ਸੈਨਾ ਆਗੂ ਨੇ ਯੋਗੇਸ਼ ਬਖਸ਼ੀ ਉਹਨਾਂ ਦੇ ਘਰ ਦੇ ਉੱਤੇ ਪੈਟਰੋਲ ਬੰਬ ਦੇ ਨਾਲ ਹਮਲਾ ਕੀਤਾ ਗਿਆ।